ਵੀ ਹੈ 93 ਸਾਲ ਦੇ ਹੋ ਗਏ ਬੱਲੇਬਾਜ਼ ਸਾਹਿਬ, ਤਿੰਨ ਜਣੇ ਦੋ ਫੜਦੇ, ਤਿੰਨ ਜਣੇ ਦੋ ਫੜਦੇ, ਚੱਕ ਕੇ ਸਟੇਜ ਤੇ ਧਰਦੇ ਜਾਣ ਸਰ ਕਹਿੰਦਾ ਇੱਕ ਮੌਕਾ ਦਿਓ ਸੇਵਾ ਕਰਾਂਗੇ। ਮੈਂ ਕਿਹਾ ਉਹ ਤੇਰਾ ਸੇਵਾ ਕਰਾਉਣ ਦਾ ਟਾਈਮ ਆ ਉਹ ਬਾਬਾ, ਉਹ ਬਸ ਕਰ ਉਹ ਹਾਂਜਾ ਤੇਰੇ ਹਾਂਜੇ ਦਰਖਤ ਵੀ ਛੁੱਟ ਗਏ ਪੰਜਾਬ ਚੋਂ, ਉਹ ਘਰੇ ਮਾਰਿਆ ਸੇਵਾ ਕਰਾਉਂਦਾ ਕਰ ਲੈ ਤੇ ਨਵੇਂ ਜਵਾਕਾਂ ਨੂੰ ਕੁਛ ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ 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 ਲਾਈ ਹੈ, ਪੱਤ ਚੜ ਕੇ ਪੁਰਾਣੇ ਬਾਦਲ ਸਾਹਿਬ ਰੁੱਤ ਨਵਿਆਂ ਦੀ ਹੈ। ਸੁਣਿਓ ਕਿੰਨੇ ਮੌਕੇ ਦੇ ਕੇ ਦੇਖ ਲਏ, ਅਰਵਿੰਦ ਕੇਜਰੀਵਾਲ ਪਹਿਲਾ ਲੀਡਰ ਹੈ ਦੇਸ਼ ਦਾ, 70 ਸਾਲ 70 ਸਾਲ ਦੀ ਆਜ਼ਾਦੀ ਦੇ ਦੌਰਾਨ ਜਿਹਨੇ ਵੋਟਾਂ ਤੋਂ ਪਹਿਲਾਂ ਇਹ ਕਹਿਤਾ ਦਿੱਲੀ ਦੇ ਲੋਕਾਂ ਨੇ ਕਿ ਜੇ ਮੇਰੇ ਕੰਮ ਚੰਗੇ ਲੱਗਦੇ ਤਾਂ ਵੋਟਾਂ ਪਾ ਦਿਓ, ਜੇ ਨਹੀਂ ਚੰਗੇ ਲੱਗਦੇ। ਦਿੱਲੀ ਗਏ ਸੀ ਤਿੰਨ ਦਿਨ, ਤਿੰਨ ਦਿਨ ਵਾਸਤੇ, ਇੱਕ ਦਿਨ 'ਚ ਹੀ ਮੁੜਿਆ। ਦਿੱਲੀ ਵਾਲੇ ਨੇ ਪੁੱਛ ਲਿਆ ਕਹਿੰਦੇ ਬਿਜਲੀ ਕੀ ਰੇਟ ਹੈ ਤੁਹਾਡੇ, ਕਹਿੰਦੇ ਇੱਥੇ ਤਾਂ 1 ਰੁਪਏ ਤੁਹਾਡੇ, ਕਹਿੰਦਾ ਜੋ ਚੰਗੀ ਤਰ੍ਹਾਂ। ਦਿੱਲੀ ਵਾਲੇ ਨੇ ਪੁੱਛ ਲਿਆ ਤੁਹਾਡੇ ਸਕੂਲਾਂ ਦਾ ਰਿਜ਼ਲਟ ਕਿੰਨਾ ਆਉਂਦਾ, ਕਹਿੰਦੇ 96% ਆਉਂਦਾ ਸਰਕਾਰੀ ਦਾ ਤੁਹਾਡੇ, ਉਹ ਕਹਿੰਦਾ ਜਾਣਨਾ ਹੋਣਾ ਇੱਕ ਗੱਲ ਚੁੱਕੀ ਮੁੜੇ। ਸੋ ਵੀਰੋ ਇਹਨਾਂ ਤੋਂ ਪੁੱਛ ਨਹੀਂ ਹੋਣਾ, ਇਹਨਾਂ ਦੀ ਨੀਤ ਹੀ ਮਾੜੀ, ਸਾਰੇ ਮਾਫੀ ਹੋਵੇ ਜਿਵੇਂ ਚੱਲ ਰਹੇ ਨੇ, ਮਾਫੀ ਹੋਣ ਜਿਵੇਂ ਚੱਲਦਾ ਸਿਰਫ ਕੈਪਟਨ ਦਾ ਹਿੱਸਾ ਪੈ ਗਿਆ, ਕੇਵਲ ਮਾਫੀ ਹੋਣ ਜਿਵੇਂ ਚੱਲਦਾ ਸਿਰਫ ਕੈਪਟਨ ਦਾ ਹਿੱਸਾ ਪੈ ਗਿਆ, ਟਰਾਂਸਪੋਰਟ ਮਾਫੀ ਹੋਣ ਜਿਵੇਂ ਚੱਲਦਾ ਆ ਬੰਦਿਆਂ ਨੇ ਬਾਦਲਾਂ ਦੇ ਬੰਦੇ ਮਾਰ ਲਈ, ਆਲੂ ਮੋ ਆਲੂ ਮੋ ਕਰਨੀ ਵੱਡੇ ਵੱਡੇ ਸ਼ੀਸ਼ੇ ਲਾਈ, ਕੋਈ ਘਟੀ ਹੈ ਵਧੀਆ ਨਹੀਂ। ਡਰੱਗ ਮਾਫੀ ਹੋਣ ਜਿਵੇਂ ਚੱਲਦਾ ਕੈਪਟਨ ਦਾ ਹਿੱਸਾ ਪੈ ਗਿਆ। ਸੋ ਵੀਰੋ ਇਹਨਾਂ ਦੀ ਨੀਤਾਂ ਮਾੜੀਆਂ, ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਮੇਰੇ ਨਾਲ, ਅੱਜ ਤੱਕ ਇੱਕ ਬੰਦਾ ਬਣਿਆ ਬਾਈਬਲ ਕਹਿੰਦਾ ਗੋਲੀ ਚੱਲੀ ਹੈ, ਕੋਈ ਕੋਈ ਉਹਦੇ ਕੋਈ ਕਾਰਵਾਈ ਹੋਈ ਹੈ ਨਾ। ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਬੇਅਦਬੀ ਕਿਹਨੇ ਕਰਾਈ ਹੈ, ਇਕੱਲੇ ਕੈਪਟਨ ਨੂੰ ਨਹੀਂ ਪਤਾ, ਉਹ ਕਹਿੰਦਾ ਹਜ਼ਾਰ ਚ ਕਰਾਵਾਂਗੇ ਅਸਰ ਕਿੱਥਾ ਮੰਗਿਆ ਕਰ ਸਾਰੇ ਨੂੰ। ਜੇ ਸਾਡਾ ਗੁਰੂ ਸਾਡਾ ਪਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਸਾਡਾ, ਜੇ ਸਾਡੇ ਘਰ ਸੇਫ ਨਹੀਂ ਹੈਗਾ ਸਰਕਤ, ਫਿਰ ਹੋਰ ਕਿੱਥੋਂ ਦੀ ਤਰ੍ਹਾਂ ਦੀ ਸਜ਼ਾ ਤਾਂ ਮਿਲੂ, ਉਹ ਕੈਪਟਨ ਤੋਂ ਨਾ ਨਹੀਂ ਕਰੋ ਸਜ਼ਾ ਮਿਲੂ, ਪਰ ਸਜ਼ਾ ਕੌਣ ਦੇਊ, ਸਾਡਾ ਗੁਰੂ ਆਪ ਦੇਊਗਾ, ਜਿਹੜਾ ਸਾਡੀ ਰੱਖਿਆ ਕਰ ਸਕਦਾ ਉਹ ਆਪਦੀ ਰੱਖਿਆ ਕਰਨ ਲਈ ਜਾਣਦਾ।